ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸੰਜਮ ਹੁੰਦਾ ਦਰਸ਼ਕੋ ਅੱਜ ਇਹ ਗੱਲ ਚ ਚਰਚਾ ਕਰ ਰਹੇ ਆ ਆਨਲਾਈਨ ਪੜਾਈ ਦੀ ਆਪਣੇ ਸਾਰਿਆਂ ਦੇ ਬੱਚੇ ਆਨਲਾਈਨ ਪੜ੍ਹਦੇ ਪਏ ਕੁਝ ਕੁ ਕਲਾਸਾਂ ਦੂਰਦਰਸ਼ਨ ਤੇ ਵੀ ਲਵਾਉਂਦੇ ਆ ਕੁਝ ਕੋ ਮੋਬਾਈਲਾਂ ਤੇ ਲੱਗਦੀਆਂ ਉਹ ਬੱਚੇ ਨਹੀਂ ਪੜ੍ਹ ਪਾਉਂਦੇ ਉਹ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਸਾਰੇ ਪੇਰੈਂਟ ਨੂੰ ਪਤਾ ਬੱਚਿਆਂ ਨੂੰ ਵੀ ਪਤਾ ਵੀ ਉਹਨਾਂ ਦੀ ਸਮਝ ਨਹੀਂ ਆਉਂਦੀ ਲੇਕਿਨ ਇਹ ਇੱਕ ਤਰ੍ਹਾਂ ਖਾਣਾ ਪੂਰਤੀ ਹੋ ਰਹੀ ਆ ਔਰ ਇਹ ਕਿੱਦਾਂ ਸਮਝ ਲੱਗੇ ਕਿੱਦਾਂ ਕਰਨਾ ਚਾਹੀਦਾ ਬੱਚਿਆਂ ਨੂੰ ਪੇਰੈਂਟਸ ਕੀ ਕਰਨ ਉਹ ਟੀਚਰਾਂ ਵੀ ਥੋੜਾ ਜਿਹਾ ਸੁਝਾਅ ਹੀ ਦੇਣ ਦੀ ਕੋਸ਼ਿਸ਼ ਕਰਦੇ ਆ ਆਪਣੇ ਚੈਨਲ ਦੇ ਥਰੂ ਸਾਹਮਣੇ ਮੌਜੂਦ ਨੇ ਰਾਜੇ ਕੁਮਾਰ ਜੀ ਜਿਨ੍ਹਾਂ ਦਾ ਜਿਹੜੇ ਕੀ ਕੋਚਿੰਗ ਦੇ ਕੇ ਜਿਨ੍ਹਾਂ ਦੇ ਬੱਚੇ ਬਹੁਤ ਵੱਡੇ ਉਹਦੇਆਂ ਤੇ ਪਹੁੰਚ ਚੁੱਕੇ ਆ ਔਰ ਪੜ੍ਹਾਈ 'ਚ ਮੱਲਾ ਮਾਰ ਚੁੱਕੇ ਆ ਅੱਜ ਉਹਨਾਂ ਨਾਲ ਅੱਜ ਗੱਲਬਾਤ ਕਰਕੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਵੇ ਰਾਜੇ ਕੁਮਾਰ ਜੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਮੈਂ ਕਰਤਾਰਪੁਰ ਚ ਬਹੁਤ ਦੇਰ ਤੋਂ 87 ਤੋਂ ਵੈਸੇ ਕੋਚਿੰਗ ਦਾ ਕੰਮ ਕਰਦਾ ਪਿਆ ਫੇ ਸਾਈਡ ਸਾਈਡ ਵਾਈਜ਼ ਸਾ ਜੋ ਮੈਂ ਪੜਦਾ ਸੀ ਉਹ ਤੋਂ ਮੈਂ ਥੋੜਾ ਥੋੜਾ ਨਾਲ ਨਾਲ ਪੜਾਉਂਦਾ ਸੀਗਾ ਤਾਂ ਕਿ ਇਸ ਐਜੂਕੇਸ਼ਨ ਸਿਸਟਮ ਨੂੰ ਮੈਂ ਉੱਤੇ ਤੱਕ ਲੈ ਜਾ ਕੇ ਆਪਣੇ ਗੁਣ ਆਪਣੇ ਬੱਚਿਆਂ ਚ ਟ੍ਰਾਂਸਮਿਟ ਕਰ ਸਕਾਂ ਮੇਰਾ ਇਹ ਰਾਜੀ ਕਿੰਨੇ ਕੋ ਬੱਚਿਆਂ ਨੂੰ ਤੁਸੀਂ ਕੋਚਿੰਗ ਦਿੱਤੀ ਤੁਸੀਂ ਹਰ ਸਾਲ ਦੇ ਕਰੀਬ ਹੁੰਦੀ ਹੈ ਐਵਰੇਜ ਲੈ ਲਓ ਤੁਸੀਂ 20 25 ਬੱਚੇ ਤਾਂ ਹਰ ਸਾਲ ਸਾਡੇ ਕੋਲ ਕੋਚਿੰਗ ਦੇ ਦੌਰਾਨ ਆਉਂਦੇ ਹੀ ਹੈ ਠੀਕ ਹੈ ਨਾ ਕਿਸੇ ਨੂੰ ਟਾਈਮ ਘੰਟਾ ਦੋ ਘੰਟਾ ਅਸੀਂ ਹਰ ਵੀਕ ਵਿੱਚ ਬਹੁਤ 6-7 ਘੰਟੇ ਦੀ ਐਵਰੇਜ ਹੁੰਦੀ ਹੈ ਅਸੀਂ ਬੱਚਿਆਂ ਨੂੰ ਦਿੰਨੇ ਆ ਤਾਂ ਕਿ ਮੇਰੀ ਆਦਤ ਹੈਗੀ ਆ ਵੀ ਕੁਝ ਅਸੀਂ ਇਹਨੂੰ ਚੈਰੀਟੇਬਲ ਬੇਸ ਤੇ ਮੈਂ ਕਰਦਾ ਸੀ ਜਾ ਤਰ ਵੀ ਆਪਣੇ ਕੋਲੋਂ ਜੇ ਕਿਸੇ ਕੋ ਨਹੀਂ ਵੀ ਕੋਈ ਪੈਸਾ ਮੈਂ ਉਹਨੂੰ ਵੀ ਕੋਚਿੰਗ ਬਹੁਤ ਪ੍ਰੋਵਾਈਡ ਕਰਾਉਂਦਾ ਸੀ ਤਾਂ ਕਿ ਇਹ ਸੇਵਾ ਹੈ ਜਿਹਨੂੰ ਤੁਸੀਂ ਵੰਡ ਸਕਦੇ ਹੋ ਇਹ ਉਹ ਵਿੱਦਿਆ ਜਿਹੜੀ ਹੈ ਜਿੰਨੀ ਵੰਡੀ ਜਾਏਗੀ ਇਹ ਉਨੀ ਵਧੇਗੀ ਸਾਡਾ ਪ੍ਰਿੰਸੀਪਲ ਜੋ ਸਾਨੂੰ ਸਿਖਾਇਆ ਜਾਂਦਾ ਸੀ ਸਾਡੇ ਟੀਚਰ ਸੀ ਜਿਨ੍ਹਾਂ ਕੋ ਅਸੀਂ ਪੜਦੇ ਸੀ ਉਹ ਚੈਸੀ ਕੱਕੜ ਜੀ ਸੀਗੇ ਫਿਜ਼ਿਕਸ ਦੇ ਟੀਚਰ ਫੀ ਆਰ ਪੀ ਰੋੜਾ ਜੀ ਸੀਗੇ ਜਲੰਧਰ ਤੇ ਫਿਰ ਅਸੀਂ ਐਸ ਕੇ ਕੋਲੀ ਸੀ ਸਾਡੇ ਵੈਲ ਬ੍ਰਦਰ ਸੀ ਜਲੰਧਰ ਡੀਵੀ ਕਾਲਜ ਜਿੱਥੇ ਮੈਂ ਪੜਿਆ ਉਹ ਸਾਨੂੰ ਇਹੀ ਸਿਖਾਉਂਦੇ ਸੀ ਬਈ ਐਜੂਕੇਸ਼ਨ ਸਿਸਟਮ ਜਿਹੜੀ ਹੈਗੀ ਆ ਵਿਦਿਆ ਜਿਹੜੀ ਆ ਇਹ ਜਿੰਨੀ ਵੰਡੋਗੇ ਇਹ ਓਨੀ ਵਧੇਗੀ ਤੁਹਾਡੀ ਉਹ ਉਸੇ ਲਗਨ ਦੇ ਨਾਲ ਅਸੀਂ ਫਿਰ ਅਸੀਂ ਸੋਚਿਆ ਵੀ ਇਸ ਚੀਜ਼ ਨੂੰ ਵੰਡਿਆ ਜਾਵੇ ਤਾਂ ਮੈਂ ਸੋਚਦਾ ਕਿ ਕਰਤਾਰਪੁਰ ਚ ਅਸੀਂ ਇਸ ਚੀਜ਼ ਨੂੰ ਫਲਾਈਏ ਐਜੂਕੇਸ਼ਨ ਨੂੰ ਤਾਂ ਕਿ ਇਹ ਵਾਲਾ ਗੁਣ ਜਿਹੜਾ ਮੇਰਾ ਗੁਣ ਦੂਜਿਆਂ 'ਤੇ ਟ੍ਰਾਂਸਫਰ ਹੋ ਕੇ ਇਹ ਬੱਚੇ ਕਿਤਨੇ ਕਿਸੇ ਲੈਵਲ ਤੇ ਪਹੁੰਚਣਗੇ ਇਹ ਸਾਨੂੰ ਯਾਦ ਜਰੂਰ ਕਰਨਗੇ ਹੁਣ ਕਾਫੀ ਸਾਰੇ ਬੱਚੇ ਮੇ ਹੋਨ ਆਉਂਦਾ ਵੀ ਸਰ ਅਸੀਂ ਤੁਹਾਡੇ ਕੋਲ ਕੀਤਾ ਸੀ ਅਸੀਂ ਬਹੁਤ ਵਧੀਆ ਰਹੇ ਹਾਂ ਖੁਸ਼ੀ ਹੁੰਦੀ ਆ ਹੋਰ ਕੁਝ ਨਹੀਂ ਇਹ ਜਿਹੜੇ ਕੋਈ ਮੇਰਾ ਇਹ ਨਹੀਂ ਸੀਗਾ ਕੋਈ ਮੈਂ ਇਹਨੂੰ ਇਹ ਜੇ ਪ੍ਰੋਫੈਸ਼ਨ ਰੱਖਿਆ ਹੋਇਆ ਸੀ ਸਭ ਮੈਂ ਇੱਕ ਸੇਵਾ ਦੇ ਤੌਰ ਤੇ ਕਰਦਾ ਰਿਹਾ ਸੀ ਜਦੋਂ ਦਾ ਵੀ ਮੈਂ ਚੱਲਿਆ ਹੋਇਆ 87 ਨੂੰ ਪੜ੍ਹਦੇ ਟਾਈਮ ਦੇ ਤੇ ਵੀ ਪੜਾਉਂਦਾ ਹੁੰਦਾ ਸੀ ਮੇਰਾ ਸ਼ੌਂਕ ਸੀ ਪੜਾਉਣਾ ਤਾਂ ਕਿ ਇਹ ਗੁਣ ਮੈਂ ਵੰਡ ਸਕਾਂ ਕਿਸੇ ਰਾਜਿੰਦਰ ਜੀ ਕਿ ਕਿੱਥੇ ਤੱਕ ਪੜ੍ਹਾਈ ਕੀਤੀ ਔਰ ਕਿਹੜੇ ਬੱਚੇ ਕਿੰਨੀਵੀਂ ਤੱਕ ਤੁਸੀਂ ਬੱਚੇ ਨੂੰ ਕੋਚਿੰਗ ਦੇ ਚੁਕੋ ਮੈਂ ਮੇਰਾ ਬੀਐਸਸੀ ਵੀਰਡ ਹਾਂ ਮੈਂ 89 ਦਾ ਗ੍ਰੈਜੂਏਟ ਹਾਂ ਡੀਵੀ ਕਾਲਜ ਲੰਧਰ ਤੋਂ ਮੈਂ ਪਲੱਸ 2 ਤੱਕ ਸਾਰਾ ਸਿਸਟਮ ਜ਼ਿਆਦਾਤਰ ਪੜਾਇਆ ਕੋਈ ਚਾਹੇ ਕਦੀ ਕਦੀ ਕਿਸੇ ਨੂੰ ਮੈਥਮੈਟਿਕਸ ਬੀਐਸਸੀ ਤੱਕ ਵੀ ਕੋਈ ਬੱਚੇ ਆਏ ਤਾਂ ਉਹਨਾਂ ਨੂੰ ਵੀ ਐਜੂਕੇਸ਼ਨ ਦਿੱਤੀ ਆਪਾਂ ਜਿਹੜੇ ਮੇਰੇ ਫਰੈਂਡ ਸਰਕਲ ਚ ਸੀਗੇ ਜਾਂ ਮੇਰੇ ਫੈਮਿਲੀ ਰਿਲੇਸ਼ਨਸ਼ਿਪਸ ਸੀਗੇ ਜਿਹਨੂੰ ਲੋੜ ਪੈਂਦੀ ਸੀ ਪੂਰੀ ਤਰ੍ਹਾਂ ਉਹਨਾਂ ਨੂੰ ਗਾਈਡ ਕਰਕੇ ਉਹਨੂੰ ਅੱਗੇ ਤੱਕ ਅਸੀਂ ਪਹੁੰਚਾਉਂਦੀ ਪੂਰੀ ਕੋਸ਼ਿਸ਼ ਕਰਦਾ ਸੀ ਜੋ ਅੱਜ ਕੱਲ੍ਹ ਦੀ ਐਜੂਕੇਸ਼ਨ ਸਿਸਟਮ ਦੇਖਦਾ ਵੀ ਮੈਂ ਬੱਚੇ ਜਿਹੜੇ ਅੱਜ ਕੱਲ੍ਹ ਆਨਲਾਈਨ ਦੇ ਸਿਸਟਮ ਵਿੱਚ ਪੜ੍ਹਾਈ ਤਾਂ ਬਹੁਤ ਦੂਰ ਜਾ ਚੁੱਕੇ ਆ ਪੜ੍ਹਾਈ ਤਾਂ ਸਿਰਫ ਉਹ ਫਾਰਮੈਲਟੀ ਤੌਰ ਦੇ ਉੱਤੇ ਕਰਦੇ ਆ ਦ ਠੀਕ ਹੈ ਜੀ ਉਹ ਕਈ ਵਾਰੀ ਬੱਚਾ ਕੀ ਕਰਦਾ ਆਪਣਾ ਲਿੰਕ ਔਨ ਕਰਕੇ ਆਰਾਮ ਨਾਲ ਆਪਣੇ ਗੇਮਾਂ ਖੇਡਦਾ ਰਹਿੰਦਾ ਪੜਾਈ ਵਾਲਾ ਤਾਂ ਕੋਈ ਧਿਆਨ ਨਹੀਂ ਹੁੰਦਾ ਉੱਥੋਂ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਵੀ ਜੇ ਇਹ ਹੀ ਵੀਡੀਓ ਕਾਨਫਰੈਂਸੀ ਹੋਈ ਹੁੰਦੀ ਸਾਨੂੰ ਪਤਾ ਲੱਗਦਾ ਬੱਚਾ ਕੀ ਕਰਦਾ ਐਕਟੀਵਿਟੀ ਉਹਦੀ ਕੀ ਹੋ ਰਹੀ ਹੈ ਤਾਂ ਨਾ ਚੱਲੀ ਉਹਨੂੰ ਅਸੀਂ ਇੰਟਰੈਕਸ਼ਨ ਕਰਦੇ ਇਹ ਵਨ ਸਾਈਡਡ ਸਿਸਟਮ ਇਟ ਇਜ਼ ਨੋਟ ਅ ਟੂ ਸਾਈਡਡ ਸਿਸਟਮ ਇਟ ਜਸਟ ਲਾਈਕ ਦਾ ਇੱਕ ਇੱਕ ਜਦੋਂ ਮੋਬਾਈਲ ਆਉਣ ਤੋਂ ਪਹਿਲਾਂ ਇੱਕ ਸਿਸਟਮ ਆਇਆ ਸੀ ਜਿੱਦੇ ਸਿਰਫ ਮੈਸੇਜ ਆਉਂਦਾ ਸੀ ਉਹ ਪੇਜਰ ਆਇਆ ਸੀ ਇਟਸ ਜਸਟ ਲਾਈਕ ਦਾ ਪੇਜਰ ਇਹ ਸਿਰਫ ਟੀਚਰ ਡਿਲੀਵਰ ਕਰਦਾ ਬੱਚਾ ਕੀ ਉਹਨੂੰ ਸਮਝ ਲੱਗਾ ਜਾਂ ਨਹੀਂ ਲੱਗਾ ਉਹਨੂੰ ਨਹੀਂ ਕੁਝ ਪਤਾ ਲੱਗਦਾ ਟੀਚਰ ਨੂੰ ਫੀਡਬੈਕ ਹੀ ਨਹੀਂ ਮਿਲਦੀ ਨਾ ਪੇਰੈਂਟ ਉਹਨੂੰ ਦੱਸ ਪਾਉਂਦੇ ਆ ਟੀਚਰ ਨੂੰ ਕਿਉਂਕਿ ਉਹਨੇ ਆਪਣਾ ਲੈਕਚਰ ਦੇਣਾ ਉਹਨੇ ਖਤਮ ਕੀਤੀ ਕਲਾਸ ਦੂਜੇ ਦਿਨ ਨਵਾਂ ਲੈਕਚਰ ਦੇ ਦਣਾ ਬੱਚੇ ਨੇ ਵੀ ਨਹੀਂ ਦੱਸਣਾ ਨੇ ਕਿਹਾ ਠੀਕ ਆ ਜੀ ਮੇਰਾ ਕਿਹੜਾ ਪੇਪਰ ਹੋਣਾ ਆਨਲਾਈਨ ਸਿਸਟਮ ਆ ਕਿਉਂਕਿ ਮੈਨੂੰ ਪਤਾ ਵੀ ਕਲਾਸ ਇਸ ਤਰ੍ਹਾਂ ਹੀ ਮੇਰੀ ਐਜ ਕੀ ਪਾਸਵਰਡ ਹੋਇਆ ਨਹੀਂ ਉਹ ਵੀ ਨਹੀਂ ਤਿੰਨਾਂ ਧਿਆਨ ਦੇ ਰਹੇ ਬੱਚੇ ਵੀ ਕਹਿੰਦਾ ਠੀਕ ਆ ਜੀ ਅਸੀਂ ਰੂਟੀਨ ਚਾਲ ਲਈ ਅਸੀਂ ਚੱਲਦਾ ਪਏ ਸਿਸਟਮ ਨੂੰ ਚਲਾ ਰਹ ਰਾਜੀ ਜੀ ਇਹ ਕਿਤਨ ਕਿਤੇ ਲੱਗਦਾ ਜੀ ਇੱਕ ਐਪੀਸੋਡ ਦੀ ਤਰ੍ਹਾਂ ਵੀ ਐਪੀਸੋਡ ਆਪਾਂ ਦੇਖ ਲਿਆ ਤੇ ਡੈਟਸੋ ਸੇਮ ਚੀਜ਼ ਹੈ ਜੀ ਸੇਮ ਚੀਜ਼ ਐਪੀਸੋਡ ਜਦੋਂ ਖਤਮ ਹੁੰਦਾ ਉਸ ਤੋਂ ਬਾਅਦ ਸਾਰੇ ਭੁੱਲ ਬਲ ਜਾਂਦੇ ਉਹਦੇ ਨੇ ਬੱਚਿਆਂ ਦਾ ਜਦੋਂ ਲੈਕਚਰ ਖਤਮ ਹੁੰਦਾ ਭੁੱਲ ਜਾਂਦੇ ਉਹ ਨਹੀਂ ਅੱਗੇ ਹੁੰਦਾ ਸੀ ਤੁਹਾਡੀਆਂ ਹੋਮਵਰਕ ਦਿੰਦੇ ਸੀ ਕਾਪੀਆਂ ਬੰਦੀਆਂ ਸੀਆਂ ਫਿਰ ਚੈੱਕ ਹੁੰਦੀਆਂ ਸੀ ਉਹ ਸਿਸਟਮ ਸਾਰਾ ਮਿਸ ਹੋ ਗਿਆ ਹੁਣ ਜਿਹੜਾ ਲੈਕਚਰ ਉਹਨੇ ਦਿੱਤਾ ਦਿੱਤਾ ਨਹੀਂ ਦਿੱਤਾ ਉਹ ਕਹਿੰਦਾ ਠੀਕ ਹੈ ਜੀ ਮੇਰੀ ਕਲਾਸ ਲੱਗ ਗਈ ਮੇਰੀ ਪ੍ਰੌਕਸੀ ਕਿਸੇ ਨੇ ਵੀ ਲਵਾਤੀ ਲਿੰਕ ਮਿਲਿਆ ਹੋਇਆ ਉੱਥੇ ਲਿੰਕ ਸ਼ੋ ਹੋਣਾ ਚਾਹੀਦਾ ਵੀ ਇਹ ਲਿੰਕ ਚੱ ਉਹ ਹੀ ਸਿਸਟਮ ਚੱਲਦਾ ਐਜੂਕੇਸ਼ਨ ਹੈ ਦਾ ਕੋਈ ਜ਼ਿਆਦਾ ਬਟਾ ਫਰਕ ਨਹੀਂ ਪੈਂਦਾ ਪਿਆ ਬੱਚੇ 40% ਦਾ ਸਿਲੇਬਸ ਹੋ ਗਿਆ ਉਹਨਾਂ ਦਾ 60% ਸਿਲੇਬਸ ਪਹਿਲੋਂ ਘਟਾਤਾ ਹੁਣ ਉਹਨੂੰ ਅੱਗੇ ਜਾ ਕੇ ਤੰਗੀ ਆਏਗੀ ਜੇ ਸਾਡਾ 1 ਸਾਲ ਸਿਸਟਮੇ ਚੱਲਿਆ ਇਟ ਮੀਨਸ ਬੱਚੇ ਦਾ 1 ਸਾਲ 60% ਐਜੂਕੇਸ਼ਨ ਜਿਹੜੀ ਉਹਦੀ ਉਸ ਸਾਲ ਦਾ ਸਿਲੇਬਸ 80% ਰਹਿ ਗਿਆ ਔਰ ਅੱਗੇ ਜਾ ਕੇ ਉਹਦੇ ਲੇਟਰ ਜੋ ਟੌਪਿਕ ਆਣੇ ਆ ਉਹ ਤੋਂ ਉਹਨੇ ਫਸਣਾ ਇਹਦਾ ਮਤਲਬ ਕੀ ਹੋਇਆ ਜਿਹੜੇ ਐਵਰੇਜ ਸਟੂਡੈਂਟ ਸੀ ਉਹਨਾਂ ਲਈ ਤਾਂ ਸਿਸਟਮ ਠੀਕ ਲੱਗਦਾ ਕਿਉਂਕਿ ਉਹ ਪਹਿਲੇ ਇੰਨੇ ਕਿ ਜਿਹੜੇ ਬਹੁਤ ਬ੍ਰਿਲੀਅੰਟ ਸਟੂਡੈਂਟ ਸੀ ਕੈਲੀਵਰ ਇਨਸੀਬਿਓ 100 ਚੋਂ 100 ਲੈ ਸਕਦੇ ਸੀ ਉਹ ਉਹਨਾਂ ਦੇ ਟਾਪਿਕ ਮਿਸ ਹੋ ਗਏ 60% ਅਗਲੇ ਸਾਲ ਜਾ ਕੇ 60% ਹੋਰ ਕੱਟ ਗਿਆ ਬੇਸਿਕ ਉਹਨਾਂ ਦਾ ਮਿਸ ਹੋ ਗਿਆ ਇਟ ਮੀਨਸ ਉਹਦੀ ਮੈਰਿਟ ਜਿਹੜੀ ਕਿਸੇ ਦੀ ਬੱਚੇ ਦੀ ਮੈਰਿਟ ਆ ਵੱਧ ਤੋਂ ਵੱਧ 75 ਨਹੀਂ ਬਦਲਣਾ ਜੀ ਕਿਸੇ ਨੇ ਜੇ ਪੂਰਾ ਪੜ੍ਹੇਗਾ ਉਹ ਵੀ ਪੂਰਾ ਪੜ੍ਹੇਗਾ ਤਾਂ ਅਗਲੇ ਸਾਲਾਂ ਜਾ ਕੇ ਜਦੋਂ ਕੋਵਿਡ ਹਟ ਜਾਏਗਾ ਇਹਦਾ ਮਤਲਬ ਜਿਹੜੇ 2 ਸਾਲ ਦਾ ਗੈਪ ਆ ਇਹ ਸਾਡੇ 3-4 ਸਾਲਾਂ ਜਾ ਕੇ ਰਿਵਰਟ ਹੋਏਗਾ ਜਦੋਂ ਬੱਚਾ ਖੁਦ ਆਪਣੀ ਮਿਹਨਤ ਕਰੇਗਾ ਇਹ ਸਿਸਟਮ ਨੂੰ ਸਹੀ ਰੱਖਣਾ ਹੈਗਾ ਤੇ ਨੇਚਰਲੀ ਸਾਨੂੰ ਆਨਲਾਈਨ ਟਾਈਮ 'ਚ ਜਦੋਂ ਇਹ ਕੋਵਿਡ ਤੇ ਬੱਚਿਆਂ ਨੂੰ ਦੋ ਦੋ ਤਿੰਨ ਤਿੰਨ ਘੰਟੇ ਐਕਸਟਰਾ ਕਲਾਸਿਸ ਸਕੂਲ ਚ ਲਵਾਉਣੀ ਪੈਗੀ ਬੱਚੇ ਦੀ ਇੰਟਰੈਕਸ਼ਨ ਰਿਵਰਸ ਲੈਣ ਲਈ ਉਹਨਾਂ ਨੂੰ ਸਾਨੂੰ ਫਿਜ਼ੀਕਲ ਐਕਟੀਵਿਟੀ ਕਰਾਣੀ ਪੈਗੀ ਔਰ ਬੱਚਿਆਂ ਨੂੰ ਐਕਸਟਰਾ ਕੋਚਿੰਗ ਦੇਣੀ ਪੈਗੀ ਤਾਂ ਕਿ ਉਹ ਆਪਣੇ ਵਾਪਸ ਆਪਣੇ ਉਸ ਰੁਟੀਨ ਨਹੀਂ ਚਾਜਣ ਓਰ ਜੇ ਨਾ ਮਿਸ ਹੋ ਗਿਆ ਨਾ ਹੁਣ ਕੋਈ ਬੱਚਾ ਸਵੇਰ ਉੱਠ ਕੇ ਪਹਿਲਾਂ ਤਿਆਰ ਹੁੰਦਾ ਸੀ ਸ਼ੌਂਕ ਹੁੰਦਾ ਸੀ ਮੈ ਸਕੂਲ ਲੈ ਜਾਣਾ ਉਹ ਵੀ ਮਿਸ ਹੋ ਰਿਹਾ ਬੱਚਾ ਆਪਣੀ ਮਰਜ਼ੀ ਨਾਲ ਉੱਠਦਾ ਰਾਤ ਜਾਗਦਾ ਰਹਿੰਦਾ ਨੈਟ ਚੱਲਦੇ ਰਹਿੰਦੇ ਕੋਈ ਘਰ ਦੇ ਨੂੰ ਕਹਿੰਦਾ ਮੈਂ ਪੜਦਾ ਪਿਆ ਉਹ ਬੱਚੇ ਕੀ ਕਰਦੇ ਇੱਕ ਬੱਚੇ ਤੇ ਨਿਆਣੀ ਉਮਰ ਨਾਲ ਉਹ ਕੋਈ ਵੀਡੀਓ ਗੇਮ ਖੜਦਾ ਰਹਿੰਦਾ ਤਿੰਨ ਤਿੰਨ ਚਾਰ-ਚਾ ਘੰਟੇ ਖੜਦੇ ਵੀ ਕਹਿੰਦਾ ਠੀਕ ਹੈ ਕੀ ਕਰਨਾ ਹੁਣ ਸਾਰਾ ਦਿਨ ਤਾਂ ਇਹਨੇ ਵੇਲਾ ਲੰਦਾ ਕੁਝ ਲੱਗੇ ਜਾਂ ਕੰਮ ਕਰਦਾ ਪਿਆ ਇਸ ਕਰਕੇ ਪੇਰੈਂਟ ਨਹੀਂ ਉਹਨੂੰ ਧਿਆਨ ਦੇ ਇਹ ਪੇਰੈਂਟ ਦੀ ਵੀ ਉਹਨੀ ਡਿਊਟੀ ਹੈ ਟੀਚਰ ਦੀ ਵੀ ਉਹਨੀ ਡਿਊਟੀ ਹੈ ਕੋਆਰਡੀਨੇਸ਼ਨ ਉਹ ਸਾਰਿਆਂ ਦੀ ਉਹ ਮਿਸਿੰਗ ਹੋ ਰਹੀ ਹੈ ਇਹ ਤਾਂ ਹਰ ਵਾਰੀ ਮਹੀਨੇ ਬਾਅਦ ਇੱਕ ਪੇਰੈਂਟ ਮੀਟਿੰਗ ਹੁੰਦੀ ਸੀ ਉਹ ਵੀ ਮਿਸ ਹੋ ਰਹੀ ਹੈ ਹੁਣ ਟੀਚਰ ਦੱਸ ਨਹੀਂ ਪਾਂਦਾ ਵੀ ਤੁਹਾਡੇ ਬੱਚੇ ਨੂੰ ਕੁਝ ਪਰ ਲੱਗਾ ਜਾਂ ਤੁਹਾਡੇ ਬੱਚੇ ਦੀ ਕੋਈ ਫੀਡਬੈਕ ਆਈ ਉਹ ਸਭ ਤੋਂ ਵੱਡਾ ਸਾਡਾ ਪ੍ਰੋਬਲਮ ਇਸ ਚੀਜ਼ ਦੀ ਡਿਸਐਡਵਾਂਟੇਜ ਸਿਸਟਮ ਦੀ ਹੈ ਵੀ ਉਹਨੂੰ 10% ਸਮਝ ਲੱਗਾ ਕਿ ਉਹਨੂੰ 50% ਸਮਝ ਲੱਗਾ ਕਿ ਉਹਨੂੰ ਸਮਝ ਨਹੀਂ ਲੱਗਾ ਕੁਝ ਨਹੀਂ ਪਤਾ ਲੱਗਦਾ ਅੱਛਾ ਇਹ ਚ ਬੱਚਿਆਂ ਦੀ ਹੈਲਥ ਤੇ ਵੀ ਪਿਆਰਿਆ ਕਿਦਾਂ ਅੱਗੇ ਆਪਾਂ ਪੜ੍ਹੇ ਆ ਸਵੇਰੇ ਉਠਣਾ 6 ਵਜੇ ਤਿਆਰ ਹੋਣਾ ਨਹਾ ਕੇ ਤਿਆਰ ਹੋ ਕੇ ਬੈਗ ਚੱਕਣਾ ਟਿਫਨ ਪੈਕ ਕਰਨਾ ਬੋਤਲ ਪਾਣੀ ਲੈ ਲੈਣੀ ਸਕੂਲ ਜਾਣਾ ਰੁਟੀਨ ਬਣੀ ਸੀ ਮਾਂ-ਬਾਪ ਦੀ ਵੀ ਲੇਕਿਨ ਹੁਣ ਬੱਚਾ ਜਿੱਦਾਂ 9 ਵਜੇ ਕਲਾਸ ਲੱਗਣੀ 8:50 ਤੇ ਉੱਠ ਕੇ ਮੂੰਹ ਤੋਨਾ ਬਹਿ ਜਾਂਦਾ ਮਤਲਬ ਉਹ ਜੇ ਬਿਲਕੁਲ ਹੈਲਥ ਇਸ ਆਰ ਦਾ ਪੈ ਗਿਆ ਇਹਦੇ ਨਾਲ ਉਹਦੀ ਬ੍ਰੇਨ ਵੀ ਸਲੋ ਹੋ ਗਿਆ ਅੱਗੇ ਬੱਚੇ ਨੂੰ ਹੁੰਦਾ ਸ਼ੌਂਕ ਹੁੰਦਾ ਸੀ ਸਵੇਰੇ ਉੱਠਣਾ ਪਹਿਲਾਂ ਮੈਂ ਠੀਕ ਹੈ ਵੀ ਸ਼ੈਅਰ ਕਰਨੀ ਆ ਜਾਂ ਮੈਂ ਕੋਈ ਫਿਜ਼ੀਕਲ ਐਕਟੀਵਿਟੀ ਕਰਨੀ ਆ ਫਿਰ ਮੈਂ ਤਿਆਰ ਹੋਣਾ ਫਿਰ ਮੈਂ ਸਕੂਲ ਲਈ ਜਾਣਾ ਹੁਣ ਬੱਚਾ ਲੈਥਰਜੀਕ ਹੋ ਗਿਆ ਉਹਦੇ ਕਰਕੇ ਉਹਦੀ ਆਈ ਸਾਈਡ ਤੇ ਇਫੈਕਟ ਵੀ ਪੈਣਾ ਕਿਉਂਕਿ ਮੋਬਾਈਲ ਤੇ ਯੂਜ਼ ਕਰਦੇ ਪਏ ਹੈਡ ਰੈਡੀਸ਼ਨ ਨਾਲ ਦੀਆਂ ਬ੍ਰੇਨ ਤੇ ਇਫੈਕਟ ਹੁੰਦੀਆਂ ਬ੍ਰੇਨ ਨਾਲ ਸਲੋ ਹੋ ਜਾਣੇ ਆ ਉਨੀ ਐਕਟੀਵਿਟੀ ਉਹਦੀ ਨਹੀਂ ਹੋਣੀ ਛੁੱਟ ਛੜੇ ਹੋ ਜਾਣੇ ਬੱਚੇ ਹੋਰ ਸਾਲ ਕਿਦਾਂ ਲੱਗਾ ਰਿਹਾ ਬੱਚੇ ਛੁੱਟ ਛੜਣੇ ਆ ਤੁਸੀਂ ਉਹ ਉਹਦੇ ਬਾਹਰ ਅੰਦਰ ਆਣਾ ਜਾਣਾ ਦਾ ਬੰਦ ਹੋ ਗਿਆ ਕੋਵਿਡ ਕਰਕੇ ਤਾਂ ਵੈਸੇ ਨਹੀਂ ਬੱਚੇ ਦੀ ਫਿਜ਼ੀਕਲ ਫਿਟਨੈਸ ਹੋਣੀ ਬੱਚਿਆਂ ਦੇ ਪੜ੍ਹਾਈ ਦੇ ਉੱਤੇ ਦਿਲ ਲੱਗਣਾ ਹੀ ਕਿੱਥੋਂ ਦਿਲ ਤਾਂ ਦਿਮਾਗ ਉਦੋਂ ਲੱਗੇਗਾ ਜਦੋਂ ਫਿਜ਼ੀਕਲੀ ਫਿਟ ਹੋਏਗਾ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਸਾਡੀ ਇਹਦੇ ਕਰਕੇ ਵੀ ਸਾਡੀ ਸੁਸਾਇਟੀ ਚ ਆ ਚੁੱਕੀਆਂ ਜਿਹੜੇ ਕਹਿੰਦੇ ਆ ਬੱਚੇ ਨੂੰ ਆ ਪ੍ਰੋਬਲਮ ਆ ਗਈ ਆ ਪ੍ਰੋਬਲਮ ਆ ਗਈ ਉਹ ਪ੍ਰੋਬਲਮ ਇਹਦੇ ਕਰਕੇ ਆ ਰਹੀ ਹੈ ਕਿਉਂਕਿ ਆਨਲਾਈਨ ਸਿਸਟਮ 'ਚ ਤੁਸੀਂ ਇੱਕ ਰੂਮ ਰੂਮ ਤੋਂ ਜ਼ਿਆਦਾ ਤਾਂ ਐਕਟੋਰੀ ਦੀ ਬਾਹਰ ਰੱਖੀ ਨਹੀਂ ਹੈਗੀ ਇੱਕ ਰੂਮ 'ਚ ਹੀ ਬੈਠਾ ਉਸੇ ਕਮਰੇ 'ਚ ਬੈਠਾ ਉੱਤੇ ਸੋ ਜਾਂਦਾ ਉੱਤੇ ਉੜ ਆਪਣਾ ਪੜਨਾ ਸ਼ੁਰੂ ਕਰਨ ਦਾ ਲੈਕਚਰ ਸੁਣਿਆ ਸੁਣਿਆ ਨਹੀਂ ਸੁਣਿਆ ਨਾਲ ਹੀ ਭਾਵੇਂ ਉਹ ਸੁੱਤਾ ਵੀ ਰਵੇ ਕਿਹੜਾ ਪਤਾ ਲੱਗਦਾ ਡਿਚਨ ਨੂੰ ਕਿ ਬੱਚਾ ਸੁੱਤਾ ਕਿ ਜਾਗਦਾ ਪਿਆ ਇਹ ਪ੍ਰੋਬਲਮ ਜਿਹੜੀ ਹੈਗੀ ਇਹਦਾ ਅੱਗੇ ਜਾ ਕੇ ਰਿਜ਼ਲਟ ਤੁਹਾਨੂੰ ਪਤਾ ਲੱਗਣਾ ਜਦੋਂ ਉਹਦੀ ਮੈਰਿਟ ਡਾਊਨ ਹੋ ਗਈ ਜਾਂ ਟਾਪਿਕ ਉਹਦੇ ਦਿਮਾਗ ਤੋਂ ਬਾਹਰ ਹੋ ਗਏ ਅਲਟੀਮੇਟਲੀ ਕੀ ਹੋਣਾ ਉਹਨੇ ਫੇਰ ਸੌਖਾ ਤਰੀਕਾ ਲੱਭਣਾ ਵੀ ਇਹਨਾਂ ਚੋਂ ਹੁਣ ਨਿਕਲਾਂ ਕਿਦਾਂ ਉਹਨੇ ਫੇਰ ਜਾਂ ਨਕਲ ਦਾ ਤਰੀਕਾ ਅਪਣਾਏਗਾ ਚੀਟਿੰਗ ਸਿੱਖੇਗਾ ਜਾਂ ਸੋਕੇਗਾ ਇਹਨੂੰ ਛੱਡ ਦਿਓ ਜਾਂ ਫਿਰ ਪਰਸਨਲੇ ਮਾਰਕਸ ਘਟਾਏਗਾ ਤੇ ਰਾਣੀ ਜੀ ਹੁਣ ਮਜਬੂਰ ਆ ਸਾਰੇ ਕੋਵਿਡ ਕਰਕੇ ਬੱਚੇ ਵੀ ਮਜਬੂਰ ਆ ਮਾਪੇ ਵੀ ਮਜਬੂਰ ਹੈ ਹੈ ਕੀ ਕਰਨਾ ਚਾਹੀਦਾ ਮਾਪੇ ਬਾਪ ਨੂੰ ਮਾਪੇ ਬਾਪ ਨੂੰ ਫੇ ਵੀ ਆਪਣੀ ਹਿੰਮਤ ਦੇ ਨਾਲ ਥੋੜਾ ਜਿਹਾ ਬੱਚੇ ਨੂੰ ਜਦੋਂ ਵੀ ਟਾਈਮ ਮਿਲਦਾ ਉਹਨਾਂ ਨੂੰ ਗਾਈਡ ਕਰਕੇ ਉਹਨੂੰ ਉਹਨੂੰ ਖੁਦ ਥੋੜਾ ਜਿਹਾ ਸੈਲਫ ਸਟਡੀ ਕਰਨ ਲਈ ਕਹਿਣਾ ਚਾਹੀਦਾ ਜਾਂ ਉਹਨੂੰ ਚਾਹੀਦਾ ਵੀ ਇਹਨੂੰ ਥੋੜਾ ਜਿਹਾ ਅਸੀਂ ਇਹਨਾਂ ਇੰਟਰੈਕਸ਼ਨ ਚ ਰਹੀ ਹੈ ਉਹਦੀ ਫਿਜ਼ੀਕਲ ਐਕਟੀਵਿਟੀ ਕਰਾਈਏ ਤਾਂ ਕਿ ਉਹ ਆਪਣੀ ਪੜ੍ਹਾਈ ਦੇ ਉੱਤੇ ਕਨਸੈਂਟਰੇਟ ਕਰ ਸਕੇ ਕਨਸੈਂਟਰੇਸ਼ਨ ਉਹ ਤਾਂ ਹੀ ਕਰੇਗਾ ਜੇ ਫਿਜ਼ੀਕਲੀ ਉਹ ਫਿਟ ਹੋਏ ਉਹ ਸਾਡੇ ਜਿਹੜੀ ਪ੍ਰੋਬਲਮ ਆ ਰਹੀ ਹੈ ਉਹ ਪੇਰੈਂਟ ਤੇ ਟੀਚਰ ਦੀ ਕੋਆਰਡੀਨੇਸ਼ਨ ਵੀ ਹੋਣੀ ਚਾਹੀਦੀ ਐ ਐਕਸਟਰਾ ਬਾਅਦ ਚ ਫੋਨ ਤੇ ਟੀਚਰ ਨਾਲ ਗੱਲ ਕਰੇ ਵੀ ਦੱਸੋ ਵੀ ਇਹਨੂੰ ਹੋਰ ਅਸੀਂ ਕੀ ਕਰਾਈਏ ਕਿਹੜਾ ਟੌਪਿਕ ਕਰਾਈਏ ਜਾਂ ਕਿਹੜਾ ਟੌਪਿਕ ਤੁਸੀਂ ਅਗਲਾ ਕਰਾਣਾ ਉਹਨੂੰ ਅਸੀਂ ਥੋੜੀ ਬੋਤੀ ਖੁਦ ਵੀ ਤਿਆਰੀ ਕਰ ਜਿਓ ਪੜੇ ਲਿਖੇ ਜੇ ਅਨਪੜ੍ਹ ਹੈ ਤਾਂ ਉਹਨਾਂ ਨੂੰ ਚਾਹੀਦਾ ਵੀ ਠੀਕ ਆ ਆਪਣੇ ਬੱਚੇ ਨੂੰ ਸਮਝਾਓ ਕਾਕਾ ਜੀ ਆਪਣੀ ਸੈਲਫ ਸਟਡੀ ਕਰੋ ਥੋੜਾ ਤਾਂ ਆਪ ਪੜੋ ਕੱਲ ਨੂੰ ਤਾਂ ਟੌਪਿਕ ਆਏਗਾ ਟੀਚਰ ਤੁਹਾਡੀ ਇਦਾਂ ਕਹਿ ਰਹੀ ਸੀ ਉਸ ਤੋਂ ਦੋ ਤੁਸੀਂ ਥੋੜਾ ਜਿਹਾ ਕੰਟਰੋਲ ਸਾਨੂੰ ਖੁਦ ਵੀ ਕਰਨਾ ਪੈਗਾ ਪੇਰੈਂਟ ਅੱਛਾ ਕੁਝ ਕੁਝ ਇਸ ਇਸ ਮਤਲਬ ਵਰਕਲੋਡ ਤੇ ਨਹੀਂ ਉਹ ਵਰਕਲੋਡ ਪਰ ਪ੍ਰਾਈਵੇਸੀ ਬਹੁਤ ਘਟ ਗਈ ਹੈ ਵਰਕਲੋਡ ਨਹੀਂ ਵਧਣਾ ਸੋ ਉਹ ਇਸ ਐਕਟੀਵਿਟੀ ਚ ਆ ਜਾਏਗਾ ਜੇ ਉੱਤੇ ਲੋਡ ਪੈਗਾ ਤਾਂ ਨਾ ਚੱਲੀ ਉਹ ਸੋਚੇਗਾ ਵੀ ਨਹੀਂ ਹੈ ਪੜਾਈ ਤਾਂ ਮੇਰੇ ਲਈ ਜ਼ਰੂਰੀ ਹੈ ਮੇਰੀ ਮਿਸ ਹੋ ਰਹੀ ਹੈ ਥੋੜਾ ਥੋੜਾ ਉਹ ਇੰਟਰੈਕਸ਼ਨ ਉਹਦੀ ਪੜਾਈ ਵੱਲ ਲੱਗੇਗੀ ਤਾਂ ਨਾ ਚੱਲੀ ਉਹ ਆਪਣੀ ਪੁਰਾਣੀ ਲਾਈਨ ਤੇ ਆਉਣ ਦੀ ਕੋਸ਼ਿਸ਼ ਵੀ ਕਰੇਗਾ ਜਦੋਂ ਉਹਨੇ ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਾਂ ਹਾਂਜੀ ਇੱਕ ਤਾਂ ਕੋਵਿਡ ਚੱਲਦਾ ਪਿਆ ਕੰਮ ਕਾਰ ਲਗਭਗ ਠੱਪ ਹੋ ਚੁੱਕੇ ਬਹੁਤ ਘਟ ਜੇ ਖੋਲਦਿਆਂ ਅੱਧਾ ਦਿਨ ਦਾ ਨਾ ਖੋਲਦਿਆਂ ਤੇ ਪੜਾਈ ਦੇ ਖਰਚੇ ਅੱਗੇ ਨਾਲੋਂ ਜ਼ਿਆਦਾ ਵਧ ਗਏ ਕਿਉਂਕਿ ਇੰਟਰਨੈਟ ਯੂਜ਼ ਕਰਨਾ ਮੋਬਾਈਲ ਯੂਜ਼ ਕਰਨਾ ਤੇ ਉਹ ਗਰੀਬਾਂ ਦੇ ਗਰੀਬਾਂ ਲਈ ਬਹੁਤ ਮੁਸ਼ਕਲ ਹੋ ਚੁੱਕਿਆ ਔਰ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਸਰਕਾਰ ਨੂੰ ਐਸਲੇ ਇੱਕੋ ਹੀ ਚੀਜ਼ ਹੈ ਜਿੱਤੇ ਇਹਨਾਂ ਨੂੰ ਕੁਝ ਤੁਸੀਂ ਸਬਸਿਡੀਆਂ ਦੰਨੇ ਆ ਸੀ ਕਦੀ ਗੈਸ ਦੇ ਸਬਸਿਡੀ ਦੰਨੇ ਆ ਕਦੀ ਅਸੀਂ ਕਿਸੇ ਚੀਜ਼ ਦੀ ਸਬਸਿਡੀ ਦੰਨੇ ਆ ਉਹ ਕਦੀ ਸਕਾਲਰਸ਼ਿਪ ਦੰਨੇ ਆ ਕਦੀ ਬਿਲਡਿੰਗਾਂ ਬਣਾਉਣ ਲਈ ਪੈਸਾ ਗਵਰਨਮੈਂਟ ਦਿੰਦੀ ਆ ਸਕੂਲਾਂ ਦੀਆਂ ਉਹਨਾਂ ਨੂੰ ਚਾਹੀਦਾ ਐਸਲੇ ਇਹਨਾਂ ਦੀ ਇਸ ਤਰੀਕੇ ਨਾਲ ਹੈਲਪ ਕੀਤੀ ਜਾਵੇ ਇਹਨਾਂ ਨੂੰ ਨੈਟ ਫ੍ਰੀ ਕਰ ਦਿੱਤਾ ਜਾਣਾ ਚਾਹੀਦਾ ਜੋ ਡਿਨ ਨੇ ਫੈਮਲੀਆ ਦੇ ਬੱਚੇ ਪੜਦੇ ਪਿਆ ਗਰੀਬ ਫੈਮਲੀਆ ਦੇ ਉਹਨਾਂ ਦੀ ਇਨਕਮ ਸੋਰਸ ਦੇਖੋ ਕਿੰਨੇ ਆ ਫੀਡਬੈਕ ਲਵੋ ਉਹਨਾਂ ਨੂੰ ਨੈਟ ਦੀ ਔਰ ਸਮਾਰਟਫੋਨ ਦੋ ਚੀਜ਼ਾਂ ਪ੍ਰੋਵਾਈਡ ਕਰਾਣੀਆਂ ਚਾਹੀਦੀਆਂ ਤਾਂ ਕਿ ਉਹ ਇਸ ਟੱਚ ਵਿੱਚ ਰਹਿਣ ਔਰ ਇਹਨਾਂ ਨੂੰ ਫੀਲ ਕਰਨ ਵੀ ਸਾਡੇ ਨਾਲ ਗਵਰਨਮੈਂਟ ਹੈ ਨਹੀਂ ਗਵਰਨਮੈਂਟ ਜਿੰਨੀ ਹੋ ਸਕਦੀ ਇਸ ਬੇਸਿਕ ਨੀਡ ਨੂੰ ਹੈਲਪ ਦੇ ਤੌਰ ਤੇ ਲੈ ਕੇ ਉਹਨਾਂ ਨੂੰ ਪ੍ਰੋਵਾਈਡ ਕਰਾਉਣਾ ਚਾਹੀਦਾ ਮੇਰੀ ਤੇ ਇਹ ਰਾਏ ਅੱਛਾ ਤੁਸੀਂ ਵੀ ਚਲੋ ਕੋਚਿੰਗ ਦਿੱਤੀ ਬੱਚਿਆਂ ਨੂੰ ਬਹੁਤ ਪੜਾਇਆ ਆ ਮਤਲਬ ਆਨਲਾਈਨ ਪੜਾਈ ਨੂੰ ਕਿਦਾਂ ਦੇਖਦੇ ਤੁਸੀਂ ਠੀਕ ਹੈ ਨੇ ਮੈਂ ਇਹਨੂੰ ਜਿਆਦਾ ਵਧੀਆ ਨਹੀਂ ਸਮਝਦਾ ਕਿਉਂਕਿ ਸਾਡਾ ਸਿਸਟਮ ਇੱਥੇ ਜਿਹੜਾ ਹੈਗਾ ਇਹ ਵਨ ਵੇ ਸਿਸਟਮ ਹੈ ਇਹ ਜਾਂ ਤਾਂ ਹੋਵੇ ਟੂ ਵੇ ਸਿਸਟਮ ਜਿੱਦਾਂ ਮੋਬਾਈਲ ਤੇ ਅਸੀਂ ਗੱਲ ਕਰਦੇ ਆਂ ਵੀਡੀਓ ਕਾਨਫਰੈਂਸਿੰਗ ਕਰਦੇ ਆਂ ਜਾਂ ਤੇ ਵੀਡੀਓ ਕਾਨਫਰੈਂਸਿੰਗ ਹੋਵੇ ਔਰ ਥੋੜਾ ਜਿਹਾ ਇਹ ਗਰੁੱਪ ਵਾਈਜ਼ ਹੋਣੀ ਚਾਹੀਦੀ ਆ ਵੀ ਉਹਦੇ ਚ ਜਿਆਦਾ ਸਾਨੂੰ ਟੀਚਰਾਂ ਦੀ ਇਨਵੋਲਵਮੈਂਟ ਜਿਆਦਾ ਚਾਹੀਦੀ ਆ ਇਹਨਾਂ ਨੇ ਪਹਿਲਾਂ ਸਟਾਫ ਦੀ ਵਰਕਿੰਗ ਅੱਧੀ ਕਰ ਦੁੱਤੀ ਆ ਇਹਨਾਂ ਨੂੰ ਚਾਹੀਦਾ ਸਾਰੇ ਸਟਾਫ ਨੂੰ ਵਰਕਿੰਗ ਚ ਲੈ ਕੇ ਉਹਨਾਂ ਦੀਆਂ ਵੀ ਇਹ ਸ਼ਿਫਟਾਂ ਡਿਵਾਈਡ ਕਰ ਦਨ ਤਿੰਨ ਤਿੰਨ ਘੰਟੇ ਤਿੰਨ ਤਿੰਨ ਘੰਟੇ ਡਿਊ ਵੀ ਤਿੰਨ ਘੰਟੇ ਇਹ ਨਾ ਟੀਚਰ ਡਿਊਟੀ ਕਰਨਗੇ ਅਗਲੇ ਤਿੰਨ ਘੰਟੇ ਇਹ ਟੀਚਰ ਡਿਊਟੀ ਕਰਨਗੇ ਉਸ ਅਗਲੇ ਤਿੰਨ ਘੰਟੇ ਇਹ ਡਿਊਟੀ ਕਰਨਗੇ ਉਹ ਇਹ ਕੋਆਰਡੀਨੇਸ਼ਨ ਸਾਰਿਆਂ ਦੀ ਇਕੱਠੀ ਹੈ ਇਕੱਲੇ ਬੰਦੇ ਦੀ ਨਹੀਂ ਹੈਗੀ ਸਿਸਟਮ ਬਣਾਉਣਾ ਹੈਗਾ ਸਰਕਾਰ ਨੇ ਇਹ ਸਰਕਾਰ ਨੂੰ ਚਾਹੀਦਾ ਇਸ ਤਰੀਕੇ ਨਾਲ ਕਰਨਗੇ ਤਾਂ ਸਾਡਾ ਐਜੂਕੇਸ਼ਨ ਸਿਸਟਮ ਪੱਛ ਸਕੇਗਾ ਵਰਨਾ ਆਦਰਵਾਈਜ਼ ਇਹਦਾ ਜਿਹੜਾ ਨੁਕਸਾਨ ਆ ਉਹ ਬਹੁਤ ਕਈ ਸਾਲ ਲੱਗ ਜਾਣੇ ਆ ਉਹਨੂੰ ਪਰਪਾਈ ਕਰਨ ਨੂੰ ਅੱਛਾ ਜੇ ਹੁਣ ਅੱਗੇ ਤਾਂ ਬੱਚੇ ਰੈਗੂਲਰ ਪੜ੍ਹਦੇ ਜਿੱਦਾਂ 10ਵੀਂ ਬੀਬੀ ਮੰਨੇ ਜਾਂਦਾ ਸੀ ਨਾ 8ਵੀਂ ਬੀਬੀ ਮੰਨੇ ਜਾਂਦੇ ਲਗਭਗ ਵੀ 8ਵੀਂ ਦਾ ਬੋਰਡ ਦੀਆਂ ਕਲਾਸਾਂ ਸੀਗੀਆਂ ਬੋਰਡ ਨੇ ਪੈਸੇ ਤਾਂ ਇਸ ਬਾਦ ਲੈ ਲਏ ਲੇਕਿਨ ਇਹਨਾਂ ਦੇ ਹੋਏ ਨਹੀਂ ਉਦਾਂ ਹੀ ਨੇ ਨੇ ਪਾਸ ਕਰ ਦਿੱਤੇ ਵਿੱਚੋਂ ਜਿੱਥੇ ਦੇਖੋ ਇੱਕ ਬੱਚਾ ਸੀਗਾ ਮਤਲਬ ਬਹੁਤ ਪੜ੍ਹਨੇ ਵਾਲਾ ਇੱਕ ਸੀ ਬਿਲਕੁਲ ਨਲਾਇਕ ਚਲੋ ਨਲਾਇਕ ਤਾਂ ਕਲਾਸ ਹੁੰਦੀ ਹੈ ਨਾ ਸਿੱਕੇ ਦੇ ਦੋ ਪਹਿਲੂ ਤਾਂ ਹੁੰਦੇ ਇੱਕ ਉਹ ਨਲਾਇਕ ਉਹ ਜਿਹੜਾ ਹੁਸ਼ਿਆਰ ਬੱਚਾ ਸੀ ਉਹਦੇ ਵਾਸਤੇ ਬਹੁਤ ਮਾੜਾ ਹੋਆ ਬਿਲਕੁਲ ਔਰ ਜਿਹੜਾ ਨਾਇਕ ਸੀ ਉਹਦੇ ਵਾਸਤੇ ਹੋ ਗਿਆ ਚੰਗਾ ਬਿਲਕੁਲ ਤੇ ਉਹ ਅੱਗੇ ਜਦੋਂ ਅਗਲੀ ਕਲਾਸ 'ਚ ਉਹ ਜਾਣਗੇ ਮਤਲਬ ਪਲਸ 2 1 2 'ਚ ਜਾਣਗੇ ਤੇ ਪੜ੍ਹਾਈ ਤੇ ਉਹਨਾਂ ਤੇ ਫਰਕ ਪੈਣਾ ਬਿਲਕੁਲ ਫਰਕ ਪੈਣਾ ਹੁਣ ਇਹਨਾਂ ਦੇ ਵਿੱਚ ਬੱਚਿਆਂ ਦੇ ਜਿਸ ਇੰਟਰੈਕਸ਼ਨ 'ਚ ਖਤਮ ਹੋਣਾ ਵੀ ਉਹਨਾਂ ਨੂੰ ਸਬਜੈਕਟ ਨੂੰ ਡਿਸਾਈਡ ਕਰ ਪਾਣਾ ਵੀ ਮੈਂ ਅੱਗੇ ਜਾ ਕੇ ਕਿਹੜੀ ਸਟਰੀਮ ਨੂੰ ਪੜ੍ਹਾਂ ਅੱਗੇ ਹੁੰਦਾ ਸੀ ਵੀ ਬੱਚੇ ਦਾ ਦੇਖਦੇ ਸੀ 10th ਤੱਕ ਅਸੀਂ ਲੈ ਕੇ ਜਾਂਦੇ ਸੀ ਦੇਖਦੇ ਸੀ ਇਹ ਮੈਥ ਵਿੱਚ ਇੰਟਰਸਟ ਜ਼ਿਆਦਾ ਰੱਖਦਾ ਪਿਆ ਇਹ ਇੰਗਲਿਸ਼ 'ਚ ਜ਼ਿਆਦਾ ਰੱਖਦਾ ਪਿਆ ਕਿ ਸਾਇੰਸ ਵਿੱਚ ਜ਼ਿਆਦਾ ਰੱਖਦਾ ਉਹਦੇ ਸੰਬੰਧ ਉਹਦੀ ਸਟਰੀਮ ਅਸੀਂ ਸੈਪਰੇਟ ਕਰ ਦੋਤੀ ਵੀ ਇਹ ਅਸੀਂ ਦੱਸਦੇ ਇਹ ਇੰਜੀਨੀਅਰ ਲੈਂਗੁ ਇਹ ਸਾਨੂੰ ਜੀ ਟੀਚਿੰਗ ਲੈਣ ਚ ਆਏਗਾ ਕਿਉਂਕਿ ਇਹ ਪਟ ਸਬਜੈਕਟ ਨੂੰ ਫੜਦਾ ਪਿਆ ਹੁਣ ਅਸੀਂ ਕਿਸੇ ਨੂੰ ਡਿਸਾਈਡ ਨਹੀਂ ਕਰ ਪਾਵਾਂਗੇ ਕਿਉਂਕਿ ਅਸਲੀ ਪਤਾ ਹੀ ਨਹੀਂ ਲੱਗਦਾ ਕਿਹੜਾ ਬੱਚੇ ਦਾ ਕੀ ਲੈਵਲ ਹੈ ਉਹ ਮਿਸਿੰਗ ਹੋ ਰਿਹਾ ਉਸ ਨੂੰ ਇੰਟਰੈਕਸ਼ਨ ਚ ਲਿਆਉਣ ਲਈ ਸਾਨੂੰ ਐਕਸਟਰਾ ਜਿਹੜੀਆਂ ਨੂੰ ਕੋਚਿੰਗ ਪ੍ਰੋਵਾਈਡ ਕਰਾਣੀ ਪੈਣੀ ਹੈ ਸਬਜੈਕਟ ਵਾਈਜ਼ ਔਰ ਉਹ ਜਿਹੜਾ ਅਸੀਂ ਸਿਲੇਬਸ ਮਿਸ ਕਰ ਰਹੇ ਹਾਂ ਉਹ ਇਹਨਾਂ ਨੂੰ ਜਾਂ ਤਾਂ ਕੁਝ ਟਾਈਮ ਐਕਸਟਰਾ ਦਿਓ ਜਾਂ ਇਹਨਾਂ ਦੀ ਐਕਸਟਰਾ ਕੋਚਿੰਗ ਦਾ ਪ੍ਰਬੰਧ ਕਰਨਾ ਚਾਹੀਦਾ ਭਾਵੇਂ ਸਿਲੇਬਸ ਘਟਣਾ ਨਹੀਂ ਹੈਗਾ ਠੀਕ ਹੈ ਇਹਦੀ ਤੁਸੀਂ ਸੈਮੈਸਟਰ ਬਣਾ ਦਿਓ ਪਹਿਲੇ 3 ਮਹੀਨੇ ਇਹਨਾਂ ਸਿਲੇਬਸ ਇਨਾ ਸਿਲੇਬਸ ਉਸ ਤੋਂ ਅਗਲੇ 3 ਮਹੀਨੇ ਇਨਾ ਇਹ ਡਿਵੀਜ਼ਨ ਕਰ ਦਿਓ ਚਾਰ 파ੜ ਦੇ ਵਿੱਚ ਤਾਂ ਕਿ ਉਹਦਾ ਸਿਲੇਬਸ 100% ਕਵਰ ਹੋ ਜਾਏ ਚਾਹੇ ਉਹ ਆਨਲਾਈਨ ਚ ਕਵਰ ਚਾਹੇ ਉਹ ਐਕਸਟਰਾ ਕੋਚਿੰਗ ਚ ਕਰੇ ਇਹ ਰੈਸਟ੍ਰਿਕਸ਼ਨ ਜ਼ਰੂਰ ਲੱਗਣੀ ਚਾਹੀਦੀ ਆ ਤਾਂ ਜੋ ਬੱਚਾ ਆਪਣੇ ਜੇ ਅੱਗੇ ਜਾ ਕੇ ਪ੍ਰੈਸਟ ਤੋਂ ਬਾਅਦ ਇੱਕ ਪਾਰਟਿਕੂਲ ਲਾਈਨ ਜਿੱਥੇ ਉਹਨੇ ਪੜ੍ਹਨੀ ਆ ਉਹਦੇ ਵਿੱਚ ਉਹ ਜਾ ਸਕੇ ਨਹੀਂ ਤਾਂ ਸਾਨੂੰ ਪਤਾ ਨਹੀਂ ਲੱਗਣਾ ਬੱਚੇ ਤੇ ਨਾ ਪਤਾ ਲੱਗਣਾ ਇਹ ਐਵਰੇਜ ਆ ਨਾ ਪਤਾ ਲੱਗਣਾ ਇਹ ਬ੍ਰਿਲੀਅੰਟ ਆ ਦੋਨਾਂ ਜਿਹੇ ਟਿਊਸ਼ਨਸ ਕਰਨਾ ਔਖਾ ਹੋ ਜਾਣ ਕਿਉਂਕਿ ਅਸੀਂ ਸਾਰੇ ਪ੍ਰਮੋਟ ਕਰਦੇ ਪਏ ਕਿਸੇ ਨੂੰ ਘਟ ਨਹੀਂ ਕਿਸੇ ਨੂੰ ਵਧ ਨਹੀਂ ਉਹ ਜੋ ਡਿਸੀਜਨ ਕਰ ਲਈ ਫਿਰ ਜਾਂ ਸਾਨੂੰ ਇੱਕ ਟੈਸਟ ਰੱਖਣਾ ਪੈਣਾ ਭਾਈ ਜੋ ਪਾਸ ਤੋਂ ਬਾਅਦ ਫਲਾਣਾ ਟੈਸਟ ਰੱਖੋ ਉਹਦੇ 'ਚ ਦੇਖੋ ਇਹਨਾਂ ਦਾ ਕੈਲੀਬਰ ਕਿੰਨਾ ਕੈਲੀਬਰ ਕਿੱਥੋਂ ਨਿਕਲਣਾ ਜੋ 2 ਸਾਲ ਦੀ ਪੜ੍ਹਾਈ ਦੇ ਟੱਚੋਂ ਮਿਸ ਹੋ ਗਏ ਤੇ ਕੈਲੀਬਰ ਸਾਰਿਆਂ ਦਾ ਇੱਕੋ ਜਿਹਾ ਹੋ ਜਾਣਾ ਸਾਰੇ ਬੱਚੇ ਇੱਕੋ ਲਾਈਨ ਤੇ ਆ ਜਾਣੇ ਉਹ ਚ ਚੰਗੇ ਮੰਦੇ ਲੱਭਣੇ ਔਖੇ ਹੋ ਜਾਣੇ ਵਿੱਚ ਉਹ ਚੰਗੇ ਕੜੇ ਆ ਮੰਦੇ ਕੜੇ ਆ ਸਾਡੇ ਦੁਗਣੀ ਸਾਡੀ ਮਿਹਨਤ ਹੋਰ ਲੱਗਣੀ ਹੋ ਉਹਨਾਂ ਨੂੰ ਫੇਰ ਦੁਬਾਰਾ ਤਿਆਰ ਕਰ ਮੇਰੀ ਰਾਏ ਹੈ ਵੀ ਇਹਨੂੰ ਸਮੈਸਟਰ ਵਾਈਜ਼ ਤਿੰਨ ਤਿੰਨ ਮਹੀਨਿਆਂ ਦਾ ਸਿਲੇਬਸ ਡਿਵਾਈਡ ਕਰਤੇ ਸਿਲੇਬਸ ਨੂੰ ਘਟਾਇਆ ਨਾ ਜਾਵੇ ਇਹਨਾਂ ਦੇ ਡਿਊਟੀ ਆਵਰਸ ਬੁਝਾ ਦਿੱਤੇ ਜਾਂ ਟੀਚਰਾਂ ਦੇ ਇਨਵੋਲਵਮੈਂਟ ਇਹਨਾਂ ਦੀ ਜਿਆਦਾ ਪਤਾ ਬੁਝਾ ਦਿੱਤੀ ਜਾਵੇ ਉਹਨਾਂ ਦੀ ਐਕਸਟਰਾ ਕੋਚਿੰਗ ਲਈ ਜਾਂ ਤਾਂ ਕਿ ਬੱਚੇ ਘੱਟੋ ਘੜੇ ਜੇ 3 ਘੰਟੇ ਆਨਲਾਈਨ ਉਹ ਘੱਟੋ ਘੜੇ 5-6 ਘੰਟੇ ਆਨਲਾਈਨ ਦੇ ਵਿੱਚ ਤਾਂ ਰਹਿਣ ਤਾਂ ਕਿ ਉਹਨਾਂ ਨੂੰ ਲੱਗੇ ਅਸੀਂ ਪੜਦੇ ਪਏ ਹੁਣ ਤਾਂ ਉਹਨਾਂ ਨੂੰ ਲੱਗਦਾ ਹੀ ਨਹੀਂ ਉਹ ਕਹਿੰਦੇ ਅਸੀਂ 3 ਘੰਟੇ ਜੀ ਆਨਲਾਈਨ ਆ ਗਿਆ ਜੀ ਸਾਡਾ ਨਟ ਚੱਲ ਪਿਆ ਜੀ ਬਸ ਉਹ ਐਨੇ ਸ਼ੌਂਕ 'ਚ ਬੈਠ ਰਹਿੰਦੇ ਆ ਉਸ ਬਾਅਦ ਕੋਈ ਗੇਮਾਂ ਖੇਡਦਾ ਰਹਿੰਦਾ ਬੱਚਾ ਕੋਈ ਪੜਾਈ 'ਚ ਇੰਟਰਸਟ ਹੁੰਦਾ ਦੋਨਾਂ 'ਚ ਪਤਾ ਕਿਸੇ ਨੂੰ ਨਹੀਂ ਲੱਗਦਾ ਰਾਜੀ ਇਹਦੇ ਵਿੱਚ ਖਰਚਾ ਵੀ ਵੱਧ ਗਿਆ ਨਾ ਹੁਣ ਜਦੋਂ ਨੈਟ ਪੈਕ ਆਪਾਂ ਪਾਉਂਦੇ ਨੇ ਨੈਟ ਪੈਕ ਲਿਮਟਿਡ ਫੋਨ داری ਦਾ ਮੈਂ ਇਹ ਇਹ ਤੇ ਮੈਂ ਕਹਿੰਦਾ ਵੀ ਇਹ ਗਵਰਨਮੈਂਟ ਇਨੀਸ਼ੀਏਟ ਲੈ ਕੇ ਉਹਨਾਂ ਨੂੰ ਨੈਟ ਸਿਸਟਮ ਪ੍ਰੋਵਾਈਡ ਸਕੂਲ ਵਾਲਿਆਂ ਨੂੰ ਹਰ ਬੱਚੇ ਨੂੰ ਹੋਣਾ ਚਾਹੀਦਾ ਤੇ ਜਾਂ ਉਹਦੇ ਜਿਹਨੂੰ ਜੇ ਸਟਾਈਫਨ ਦਿੰਦੇ ਆ ਤੇ ਉਹ ਨੈਟ ਪੈਕੇਜ ਦਾ ਸਟਾਈਫਨ ਦੇ ਦੇਣੋ ਪਰ ਇਹਨਾਂ ਨੇ ਟੀਚਰਾਂ ਨੂੰ ਤਾਂ 50% ਕਰਾਤੀ ਵੀ ਤੇ ਤਿੰਨ ਦਿਨ ਤੁਸੀਂ ਟੀਚਰ ਆਉਂਦੇ ਨੇ ਤੁਸੀਂ ਆਓ ਤੇ ਉਹ ਤੇ ਫੇਰ ਬੱਚਾ ਕਿੱਦਾਂ ਪੜ੍ਹੇਗਾ ਬਿਲਕੁਲ ਉਹਦੇ ਨਾਲ ਹੋਰ ਵੀ ਪੜ੍ਹਾਈ ਦਾ ਜਿਹੜਾ ਸਿਸਟਮ ਸਾਡਾ ਨਕਮਾ ਹੋ ਜਾਣਾ ਕੋਈ ਜ ਪਹਿਲੇ ਛੋਟਾ ਸਿਲੇਬਸ 50% ਹੋਰ ਹੋਰ 50% ਹੋ ਗਿਆ ਇਹਦਾ ਮਤਲਬ ਸਾਡਾ ਜਾਂ ਤਾਂ ਟਾਈਮ ਪੀਰੀਅਡ ਬਤਾਓ ਨਾ ਜੇ 50% ਵੀ ਕੀਤਾ ਨਾ ਤੁਸੀਂ ਉਹਦੇ ਟਾਈਮ ਬਤਾ ਦਿਓ ਜੇ ਅਸੀਂ ਸਵੇਰੇ ਹੁਣ 10 ਤੋਂ 11 ਦੀ ਇੱਕ ਕਲਾਸ ਮਤਲਬ 8 ਤੋਂ 11 ਕੀਤਾ ਇਹਨਾਂ ਨੇ ਫਿਰ 11 ਤੋਂ ਬਾਅਦ ਅਲੱਗ ਡਿਊਟੀ ਲਾ ਦਿਓ 12 ਤੋਂ 3 ਦੀ ਅਲੱਗ ਡਿਊਟੀ ਲਾਓ ਟੀਚਰ ਵੀ ਬਿਜ਼ੀ ਰੱਖੋ ਨਾ ਸ਼ਾਮੀ ਜੇ ਵੇ ਤੱਕ ਫਿਰ ਜੇ ਤੁਸੀਂ ਸਟਾਫ ਅੱਧਾ ਕੀਤਾ ਤੇ ਉਹਨਾਂ ਦੀ ਡਿਊਟੀ ਉਹ ਪਰ ਪੂਰੇ ਲੈ ਲਓ ਨਾ ਪਹਿਲੇ 6 ਘੰਟੇ ਡੇ ਬਿਲਰ ਹੈ ਅਗਲੇ 6 ਘੰਟੇ ਉਹਨਾਂ ਨੂੰ ਬਿਜ਼ੀ ਕਰ ਦਿਓ ਇਹ ਉਹਨਾਂ ਨੂੰ ਸ਼ਿਫਟ ਵਾਈਜ਼ ਦੇ ਦਿਓ ਇਹ ਕੁਛ ਨਾ ਕੁਛ ਕਰਾਂਗੇ ਤੇ ਐਜੂਕੇਸ਼ਨ ਸਿਸਟਮ ਸਾਡਾ ਇੰਪਰੂਵਮੈਂਟ ਚ ਜਾਏਗਾ ਆਦਰਵਾਈਜ਼ ਇਹ ਸਿਸਟਮ ਜਿਹੜਾ ਸਾਡਾ ਇਹ ਖਤਮ ਹੋ ਜਾਣਾ ਫਿਰ ਉਸ ਉਸ 9th ਲਾਈਨ ਤੇ ਲਿਆਉਣ ਲਈ ਸਾਨੂੰ ਬਹੁਤ ਟਾਈਮ ਲੱਗ ਜਾਣਾ ਰਾਜੇਂ ਜੀ ਸਾਡੇ ਦਰਸ਼ਕ ਜਿਹੜੇ ਦੇਖ ਰਹੇ ਆ ਉਹਨਾਂ ਦੇ ਬੱਚੇ ਸਾਰਿਆਂ ਦੇ ਆਪਣੇ ਬੱਚੇ ਆ ਕਿ ਬੱਚਿਆਂ ਨੂੰ ਔਰ ਮਾਪੇ-ਬਾਪ ਨੂੰ ਕੀ ਮੈਸੇਜ ਦੋਗੇ ਤਾਂ ਕਿ ਉਹਨਾਂ ਦਾ ਪੜਾਈ ਦਾ ਗ੍ਰਾਫ ਥੋੜਾ ਬਚ ਸਕੇ ਬੱਚਿਆਂ ਨੂੰ ਥੋੜੀ ਸੈਲਫ ਸਟਡੀ ਤੇ ਜ਼ੋਰ ਦੇਣਾ ਚਾਹੀਦਾ ਐਸਲੇ ਦੇਖਣਾ ਚਾਹੀਦਾ ਸਾਡਾ ਟਾਈਮ ਪੀਰੀਅਡ ਬਹੁਤ ਕ੍ਰੂਸ਼ੀਅਲ ਚੱਲਦਾ ਪਿਆ ਵੀ تھوڑا تھوڑا پیرنٹوں وی ਚਾਹੀਦਾ ਵੀ اپنی ਸੈਲ ਸਟਡੀ ਕਰੋ ਉਹਦੇ ਚ ਜੇ پیرنٹ ਵੀ ਕੁਝ ਉਹਦੀ हेल्प ਕਰ ਸਕਦੇ ਤਾਂ ਉਹਨਾਂ ਨੂੰ ਵੀ ਜਰੂਰ ਕਰਨੀ ਚਾਹੀਦੀ ਆ ਘੰਟੇ ਇੱਕ ਦੋ ਬੱਚੇ ਦਾ ਜਰੂਰ ਲਗਾਓ ਆਪਣੇ ਬੱਚੇ ਤੇ ਮੇਰੀ ਤੇ ਗਾਈਡੈਂਸ ਇਹ ਇੱਕ ਦੋ ਘੰਟੇ ਬੱਚੇ ਨਾਲ ਸਪੈਂਡ ਕਰੋ ਉਹਨੂੰ ਕੱਲਾ ਨਾ ਛੱਡੋ ਤਾਂ ਕਿ ਉਹਦਾ ਧਿਆਨ ਇਧਰ-ਉਧਰ ਡਾ ਵੱਟ ਨਾ ਹੋਵੇ ਉਹਨੂੰ ਉਹਦੇ ਨਾਲ ਗੱਲਾਂ ਕਰੋ ਪੜ੍ਹਾਈ ਬਾਰੇ ਉਹਨੂੰ ਦੱਸੋ ਵੀ ਇਹ ਤੇਰੇ ਲਈ ਬਹੁਤ ਇੰਪੋਰਟੈਂਟ ਆ ਇਹਨੂੰ ਅਸੀਂ ਜੇ ਘਟਾਵਾਂਗੇ ਤੇ ਅੱਗੇ ਜਾ ਕੇ ਤੈਨੂੰ ਇਹਦਾ ਬਹੁਤ ਜ਼ਿਆਦਾ ਨੁਕਸਾਨ ਭਰਨਾ ਪੈਗਾ ਥੋੜਾ ਬਾਦਾ ਬੱਚੇ ਨੂੰ ਜੇ ਤੁਸੀਂ ਰੋਜ਼ ਥੋੜਾ ਥੋੜਾ ਸਮਝਾਓਗੇ ਤਾਂ 1 2% ਵੀ ਜੇ ਸਮਝ ਲੱਗਣਾ ਸ਼ੁਰੂ ਹੋ ਜਾਏਗਾ ਤਾਂ ਉਹ ਤੁਹਾਡੇ ਲਈ ਬੈਨੀਫਿਟ ਦੇਗਾ ਨੁਕਸਾਨ ਨਹੀਂ ਦੇਗਾ ਉਹ ਤੁਹਾਡੇ ਫਿਰ ਗੱਡੀ ਲਈ ਤੇ ਲਿਆਉਣ ਦੀ ਕੋਸ਼ਿਸ਼ ਆ ਸਾਡੀ ਸੋ ਦਰਸ਼ਕੋ ਰਾਜੀਵ ਕੁਮਾਰ ਜੀ ਨੇ ਹੀ ਗੱਲ ਕੀਤੀ ਇਸੇ ਤਰ੍ਹਾਂ ਸਾਂਝਾ ਮੁੰਡਾ ਤੁਹਾਡੇ ਵਾਸਤੇ ਐਫਰਟ ਕਰਦੇ ਰਹੇਗਾ ਕੋਸ਼ਿਸ਼ਾਂ ਕਰਦੇ ਰਹੇਗਾ ਤੁਹਾਨੂੰ ਹੈਲਥ ਬਾਰੇ ਪੜ੍ਹਾਈ ਬਾਰੇ ਨਮੀ ਨਮੀ ਜਾਣਕਾਰੀਆਂ ਦਿੰਦੇ ਰਹੇਗਾ ਤੁਸੀਂ ਸਾਡੇ ਨਾਲ ਜੁੜੇ ਰਹੋ ਅਤੇ ਦੇਖਦੇ ਰਹੋ ਸਾਂਝਾ ਮੁੰਡਾ ਕਰਤਾ ਪਰ ਤੋਂ ਸਾਂਝਾ ਮੁੰਡਾ ਲਈ ਰਕੀਸ਼ ਭਾਰਤੀ